ਹੁਣ ਪੰਜਾਬ ਦੇ ਰਾਈਟਰ ਤੇ ਡਾਇਰੈਕਟਰ ਮਿਲ ਕੇ ਬਣਾਉਣਗੇ ਅਜੇ ਦੇਵਗਨ ਤੇ ਸੰਜੇ ਦੱਤ ਦੀ ਸੁਪਰ ਹਿੱਟ ਫਿਲਮ ਦਾ ਸੀਕੁਅਲ ਸਨ ਆਫ ਸਰਦਾਰ 2 ਦਾ। ਹਾਂਜੀ, ਵਿਜੇ ਕੁਮਾਰ ਅਰੋੜਾ ਜੋ ਕਿ ਪੰਜਾਬ ਦੇ ਮਸ਼ਹੂਰ ਡਾਇਰੈਕਟਰ ਵਿੱਚੋਂ ਇੱਕ ਨੇ ਅਤੇ ਜਗਦੀਪ ਸਿੱਧੂ ਜੋ ਕਿ ਡਾਇਰੈਕਟਰ ਤੇ ਰਾਈਟਰ ਵਜੋਂ ਪੰਜਾਬੀ ਸਿਨੇਮਾ 'ਚ ਬਹੁਤ ਸੋਹਣਾ ਕੰਮ ਕਰ ਰਹੇ ਨੇ, ਹੁਣ ਉਹ ਅਜੇ ਦੇਵਗਨ ਤੇ ਸੰਜੇ ਦੱਤ ਦੀ ਸੁਪਰ ਹਿੱਟ ਫਿਲਮ ਸਨ ਆਫ ਸਰਦਾਰ 2 ਬਣਾਉਣ ਜਾ ਰਹੇ ਨੇ। ਇਸ ਗੱਲ ਦੀ ਜਾਣਕਾਰੀ ਫਿਲਮ ਦੇ ਰਾਈਟਰ ਜਗਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਕੇ ਦਿੱਤੀ। ਦੱਸ ਦਈਏ ਕਿ ਪਹਿਲੀ ਸਨ ਆਫ ਸਰਦਾਰ 2012 ਵਿੱਚ ਆਈ ਸੀ ਜੋ ਕਿ ਬਹੁਤ ਸੁਪਰ ਹਿੱਟ ਫਿਲਮ ਗਈ ਸੀ। ਉਸ ਫਿਲਮ ਨੇ ਬਾਕਸ ਆਫਿਸ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਅਤੇ ਲੋਕਾਂ ਨੇ ਉਸ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਕਰੀਬ 12 ਜਾਂ 13 ਸਾਲ ਬਾਅਦ ਮੁੜ ਇਸ ਫਿਲਮ ਦਾ ਸੀਕੁਅਲ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਫਿਲਹਾਲ ਇਹ ਫਿਲਮ ਇਸ ਸਾਲ ਜਾਂ ਫਿਰ ਅਗਲੇ ਸਾਲ ਰਿਲੀਜ਼ ਹੋਵੇਗੀ। ਹੋਰ ਕੌਣ ਕੌਣ ਇਸ ਫਿਲਮ ਵਿੱਚ ਭੂਮਿਕਾ ਨਿਭਾਵੇਗਾ ਇਸ ਗੱਲ ਦੀ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗੀ। ਪਰ ਸਨ ਆਫ ਸਰਦਾਰ, ਇਸ ਫਿਲਮ ਦੀ ਉਡੀਕ ਬਹੁਤ ਸਾਰੇ ਲੋਕਾਂ ਨੂੰ ਸੀ, ਸਪੈਸ਼ਲੀ ਅਜੇ ਦੇਵਗਨ ਦੀ ਫਿਲਮਾਂ ਨੂੰ ਜੋ ਪਸੰਦ ਕਰਦੇ ਨੇ, ਯਾਨੀ ਕਿ ਉਹਨਾਂ ਦੇ ਫੈਨਸ, ਉਹਨਾਂ ਨੂੰ। ਪਰ ਇੱਕ ਪਾਸੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਇਸ ਫਿਲਮ ਨੂੰ ਹੁਣ ਪੰਜਾਬ ਦੇ ਰਾਈਟਰ ਤੇ ਡਾਇਰੈਕਟਰ ਬਣਾਉਣਗੇ ਤਾਂ ਮਜ਼ਾ ਜੀ ਦੁੱਗਣਾ ਹੋਣ ਵਾਲਾ ਹੈ। ਸੋ ਉਡੀਕ ਹੈ ਹੁਣ ਫਿਲਮ ਦੀ ਰਿਲੀਜ਼ ਡੇਟ ਦੀ। ਹੁਣ ਪੰਜਾਬ ਦੇ ਰਾਈਟਰ ਤੇ ਡਾਇਰੈਕਟਰ ਮਿਲ ਕੇ ਬਣਾਉਣਗੇ ਅਜੇ ਦੇਵਗਨ ਤੇ ਸੰਜੇ ਦੱਤ ਦੀ ਸੁਪਰ ਹਿੱਟ ਫਿਲਮ ਦਾ ਸੀਕੁਅਲ ਸਨ ਆਫ ਸਰਦਾਰ 2 ਦਾ। ਹਾਂਜੀ, ਵਿਜੇ ਕੁਮਾਰ ਅਰੋੜਾ ਜੋ ਕਿ ਪੰਜਾਬ ਦੇ ਮਸ਼ਹੂਰ ਡਾਇਰੈਕਟਰ ਵਿੱਚੋਂ ਇੱਕ ਨੇ ਅਤੇ ਜਗਦੀਪ ਸਿੱਧੂ ਜੋ ਕਿ ਡਾਇਰੈਕਟਰ ਤੇ ਰਾਈਟਰ ਵਜੋਂ ਪੰਜਾਬੀ ਸਿਨੇਮਾ 'ਚ ਬਹੁਤ ਸੋਹਣਾ ਕੰਮ ਕਰ ਰਹੇ ਨੇ, ਹੁਣ ਉਹ ਅਜੇ ਦੇਵਗਨ ਤੇ ਸੰਜੇ ਦੱਤ ਦੀ ਸੁਪਰ ਹਿੱਟ ਫਿਲਮ ਸਨ ਆਫ ਸਰਦਾਰ 2 ਬਣਾਉਣ ਜਾ ਰਹੇ ਨੇ। ਇਸ ਗੱਲ ਦੀ ਜਾਣਕਾਰੀ ਫਿਲਮ ਦੇ ਰਾਈਟਰ ਜਗਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਕੇ ਦਿੱਤੀ। ਦੱਸ ਦਈਏ ਕਿ ਪਹਿਲੀ ਸਨ ਆਫ ਸਰਦਾਰ 2012 ਵਿੱਚ ਆਈ ਸੀ ਜੋ ਕਿ ਬਹੁਤ ਸੁਪਰ ਹਿੱਟ ਫਿਲਮ ਗਈ ਸੀ। ਉਸ ਫਿਲਮ ਨੇ ਬਾਕਸ ਆਫਿਸ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਅਤੇ ਲੋਕਾਂ ਨੇ ਉਸ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਕਰੀਬ 12 ਜਾਂ 13 ਸਾਲ ਬਾਅਦ ਮੁੜ ਇਸ ਫਿਲਮ ਦਾ ਸੀਕੁਅਲ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਫਿਲਹਾਲ ਇਹ ਫਿਲਮ ਇਸ ਸਾਲ ਜਾਂ ਫਿਰ ਅਗਲੇ ਸਾਲ ਰਿਲੀਜ਼ ਹੋਵੇਗੀ। ਹੋਰ ਕੌਣ ਕੌਣ ਇਸ ਫਿਲਮ ਵਿੱਚ ਭੂਮਿਕਾ ਨਿਭਾਵੇਗਾ ਇਸ ਗੱਲ ਦੀ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗੀ। ਪਰ ਸਨ ਆਫ ਸਰਦਾਰ, ਇਸ ਫਿਲਮ ਦੀ ਉਡੀਕ ਬਹੁਤ ਸਾਰੇ ਲੋਕਾਂ ਨੂੰ ਸੀ, ਸਪੈਸ਼ਲੀ ਅਜੇ ਦੇਵਗਨ ਦੀ ਫਿਲਮਾਂ ਨੂੰ ਜੋ ਪਸੰਦ ਕਰਦੇ ਨੇ, ਯਾਨੀ ਕਿ ਉਹਨਾਂ ਦੇ ਫੈਨਸ, ਉਹਨਾਂ ਨੂੰ। ਪਰ ਇੱਕ ਪਾਸੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਇਸ ਫਿਲਮ ਨੂੰ ਹੁਣ ਪੰਜਾਬ ਦੇ ਰਾਈਟਰ ਤੇ ਡਾਇਰੈਕਟਰ ਬਣਾਉਣਗੇ ਤਾਂ ਮਜ਼ਾ ਜੀ ਦੁੱਗਣਾ ਹੋਣ ਵਾਲਾ ਹੈ। ਸੋ ਉਡੀਕ ਹੈ ਹੁਣ ਫਿਲਮ ਦੀ ਰਿਲੀਜ਼ ਡੇਟ ਦੀ।